ਅੱਜ ਦਾ ਵਲੌਗ ਸਟਾਰਟ ਕਰਦੇ ਆ ਆਪਾਂ ਚਲਦੇ ਚਲਦੇ ਅੱਜ ਫੇਰ ਉਮੀ ਜਿਵੇਂ ਪਿਛਲਾ ਸਟਾਰਟ ਕਰਿਆ ਸੀ ਉਮੀ ਆ ਸਟਾਰਟ ਕਰਿਆ ਬਸ ਇਹਦੇ ਚ ਉਹਦੇ ਚ ਇੱਕ ਹੀ ਫਰਕ ਹੈ ਜਗ੍ਹਾ ਦਾ ਹੀ ਫਰਕ ਆ ਬਸ ਜਿੱਥੇ ਅਨਲੋਡ ਕਰਨੀ ਆ ਆਪਾਂ ਹੋਰ ਸਾਰਾ ਕੁਝ ਸੇਮ ਆ ਭਰੀ ਆਪਾਂ ਮਿੱਟੀ ਹੋ ਹੋਈ ਆ ਗੱਡੀ ਚ ਭਰੀ ਵੀ ਮਿੱਟੀ ਹੋ ਹੋਈ ਆ ਜਾਣਾ ਆਪਾਂ ਬਸ ਗਣੇਸ਼ ਫੈਕਟਰੀ ਜਾ ਪਿਛਲੀ ਵਾਰ ਆਪਾਂ ਸੱਤਿਆਂ ਚ ਗਏ ਸੀਗੇ ਇਸ ਵਾਰ ਆਪਾਂ ਗਣੇਸ਼ ਚ ਜਾਣਾ ਹੈ ਤੇ ਗਣੇਸ਼ ਚ ਜਾ ਕੇ ਗੱਡੀ ਗਣੇਸ਼ ਤੇ ਸੱਤਿਆਂ ਦਾ ਬਹੁਤ ਫਰਕ ਆ ਅਨਲੋਡਿੰਗ ਦਾ ਵੀ ਜਗ੍ਹਾ ਦਾ ਵੀ ਤੁਹਾਨੂੰ ਦਿਖਾਊਂਗਾ ਉਹ ਬਸ ਉਹ ਖੰਨਾ ਮਰੇਲਕੋਟਲਾ ਰੋਡ ਤੇ ਆ ਇਹ ਖੰਨਾ ਮਲੋਹ ਰੋਡ ਤੇ ਆ ਇੰਨਾ ਕੁ ਫਰਕ ਆ ਹੋਰ ਬਹੁਤਾ ਫਰਕ ਨਹੀਂ ਆ ਤੁਹਾਨੂੰ ਮੈਂ ਅੱਗੇ ਰੋਡ ਤੇ ਜਾ ਕੇ ਮਿਲਦਾ ਫਿਰ ਤੁਹਾਨੂੰ ਦਿਖਾਉਂਦਾ ਵੀ ਕਿੱਧਰ ਨੂੰ ਜਾਂਦੇ ਨੇ ਗਣੇਸ਼ ਫੈਕਟਰੀ ਦਾ ਰਾਹ ਜਮੀ ਸਿੱਧਾ ਹੀ ਆ ਸੱਤਿਆਂ ਦਾ ਹੈਗਾ ਵੀ ਥੋੜ੍ਹਾ ਜਿਹਾ ਗਣੇਸ਼ ਦਾ ਜਮੀ ਸਿੱਧਾ ਹੀ ਆ ਚੱਲਦੇ ਹਾਂ ਆਪਾਂ ਲਓ ਵੀ ਮਿੱਤਰੋ ਤੇ ਰੋਡ ਤੇ ਚੜ੍ਹ ਕੇ ਹੁਣ ਤੇ ਹੁਣ ਜਾ ਰਹੇ ਹਾਂ ਹੌਲੀ ਹੌਲੀ ਵੈਸੇ ਤਾਂ ਆਪਾਂ ਬਸ ਖੰਨਾ ਮਲੋਹ ਰੋਡ ਤੇ ਜਾਣਾ ਹੈ ਤੇ ਸ਼ਾਹਪੁਰ ਪਿੰਡ ਆ ਉਹਦੇ ਨਾਲ ਇਹ ਫੈਕਟਰੀ ਆ ਸ਼ਾਹਪੁਰ ਮਤਲਬ ਉੱਥੋਂ ਅਮਲੋਹ ਵੀ 5 ਕਿਲੋਮੀਟਰ ਰਹਿ ਜਾਂਦਾ ਤੇ ਇੱਧਰ ਨੂੰ ਖੰਨਾ ਵੀ 5 ਕਿਲੋਮੀਟਰ ਰਹਿ ਜਾਂਦਾ ਬਰਾਬਰ ਹੀ ਆ ਦੋਨੋਂ ਬਸ ਦਾ ਸਫ਼ਰ ਇਸ ਕਰਕੇ ਗੱਬੇ ਆ ਬਿਲਕੁਲ ਫੈਕਟਰੀ ਬੱਸ ਵਾਲੇ ਨੂੰ ਅੱਗ ਲੱਗੀ ਹੋਈ ਆ ਇੱਧਰੋਂ ਆਇਆ ਵੀ ਇੱਧਰੋਂ ਬੱਸ ਲੈ ਲਾ ਨਹੀਂ ਜਾਓ ਆਪਾਂ ਗੱਬੇ ਲੈਣ 'ਚ ਚੱਲਣਾ ਆਪਾਂ ਨਹੀਂ ਹਟਾਉਂਦੇ ਆਪਾਂ ਨੂੰ ਫਰਕ ਨਹੀਂ ਹੈਗਾ ਇਹਨਾਂ ਤੋਂ ਟਾਈਮ ਦਾ ਆਪਾਂ ਕਦਰ ਕਰਦੇ ਨਾ ਨਹੀਂ ਹੁਣ ਇੱਧਰ ਕਾਰਾਂ ਨੇ ਇਹ ਸ਼ਾਹ ਜੀ ਉੱਧਰ ਦੇਖ ਰਹੇ ਨੇ ਇਸ ਕਰਕੇ ਆਪਾਂ ਗੱਬੇ ਲੈਣ 'ਤੇ ਟਿਕਾ ਕੇ ਰੱਖੋ ਬਸ ਪਾਸ ਲੈ ਜਾਂਦੀ ਆ ਮਤਲਬ ਤਿੰਨ ਚੀਜ਼ਾਂ ਲੈ ਜਾਂਦੀਆਂ ਨੇ ਪਾਸ ਰੋਡ 'ਤੇ ਇੰਨਾ ਚੌੜਾ ਰੋਡ ਹੁੰਦਾ ਏ ਜੇ ਮਾੜੀ ਮੋਟੀ ਇੱਧਰ ਹੋ ਜਾਵੇ ਫਿਰ ਗੁੰਗਾ ਪੈਂਦਾ ਅਤੇ ਪੱਕੇ ਡਰਾਈਵਰ ਹੀ ਪਾਸ ਲੈ ਸਕਦੇ ਨੇ ਊਂ ਕਾਰਾਂ ਕੂਰਾਂ ਵਾਲਾ ਤਾਂ ਕਈ ਵਾਰ ਡਰ ਵੀ ਜਾਂਦੇ ਨੇ ਅਤੇ ਹੁਣ ਜੇ ਆਪਾਂ ਚੱਲਦੇ ਹਾਂ ਇੱਧਰ ਨੂੰ ਮੁੜਦੇ ਹਾਂ ਆਪਾਂ ਬਸ ਫਿਰ ਮਿਲਦੇ ਹਾਂ ਤੁਹਾਨੂੰ ਉੱਥੇ ਫੈਕਟਰੀ ਦੇ ਬਾਹਰ ਜਾ ਕੇ ਹੀ ਮਿਲਦੇ ਹਾਂ ਗਣੇਸ਼ ਫੈਕਟਰੀ ਉਹ ਬੋਰਡ ਲੱਗਿਆ ਗਣੇਸ਼ ਫੈਕਟਰੀ ਦਾ ਚਿੱਟਾ ਜਿਹਾ ਬੋਰਡ ਲੱਗਿਆ ਆ ਅਤੇ ਹੁਣ ਇਹਨੇ ਤਰੰਤਰ ਬਾੜਨੀ ਆ ਤਾੜ ਕੇ ਫਿਰ ਮਿਲਦੇ ਹਾਂ ਤੁਹਾਨੂੰ ਖੱਡੇ 'ਚ ਗਲਤ ਨੇ ਉਹਦੇ ਕਿ ਉਹ ਸਾਹਮਣੇ ਗੇਟ ਆ ਬਸ ਸਿੱਧਾ ਹੀ ਗਲੀ 'ਚ ਜਾ ਕੇ ਗੇਟ 'ਚ ਬਾੜ ਕੇ ਐਂਟਰੀ ਉਂਟਰੀ ਕਰਾ ਲਓ ਉੱਥੇ ਐਂਟਰੀ ਹੋ ਜਾਂਦੀ ਆ ਨੰਬਰ ਲੱਗ ਜਾਂਦਾ ਫਿਰ ਅੱਗੇ ਤੁਹਾਨੂੰ ਦੁਕਾਨਾਂ ਮੈਂ ਪਾਰਕਿੰਗ 'ਚ ਵੜ ਕੇ ਕਿੱਧਰ ਲੈ ਕੇ ਜਾਣੀ ਚਾਹੀਦੀ ਆ ਵੈਸੇ ਉਹ ਵੀ ਅੰਦਰ ਐਂਟਰੀ ਹੋ ਗਈ ਉੱਥੋਂ ਗੇਟ ਤੋਂ ਸਿੱਧਾ ਹੀ ਅੰਦਰ ਆ ਕੇ ਅੱਗੇ ਪਾਰਕਿੰਗ ਨੂੰ ਦੁਕਾਨਾਂ ਵਾ ਅੰਦਰ ਅੱਗੇ ਪਾਰਕਿੰਗ ਨਾਲ ਕੰਡਾ ਰਾਤ ਨੂੰ ਵੀ ਚੱਲੀ ਜਾਂਦਾ ਗੱਡੀ ਗੁੱਡੀ ਨਹੀਂ ਕੱਢਦੇ ਹੋਣੇ ਰਾਤ ਨੂੰ ਪਰ ਅਸੀਂ ਕੰਡਾ ਹੀ ਚੱਲਦਾ ਕੰਡੇ 'ਤੇ ਬੰਦਾ ਨਹੀਂ ਇੱਕੇ ਬੰਦਾ ਆਉਂਦਾ ਇਹ ਤਿੰਨ ਕੰਡੇ ਨੇ ਤਿੰਨ ਚਾਰ ਵਜੇ ਅੰਦਰ ਅੰਦਰ ਉੱਥੇ ਗੇੜੇ ਖਾਈ ਜਾਂਦੇ ਨੇ ਬਸ ਇਹ ਕੋਈ ਜਿੱਧਰ ਲੋੜ ਹੁੰਦੀ ਉੱਧਰ ਚੱਲ ਜਾਂਦਾ ਅਤੇ ਰਾਤ ਨੂੰ ਪਰਾਲੀ ਵਾਲਾ ਜਗ੍ਹਾ ਚੱਲਦਾ ਨਾ ਪਹਿਲਾਂ ਪਰਾਲੀ ਇਕੱਠੀ ਕਰ ਰਹੇ ਨੇ ਹੁਣ ਸਾਰੀ ਜਗ੍ਹਾ ਹੋਈ ਆ ਮਿੱਟੀ ਵਾਲੀਆਂ ਖੜੀਆਂ ਨੇ ਇੱਧਰ ਆਪਾਂ ਉੱਥੇ ਹੀ ਲੈ ਜਾਣੀ ਆ ਸਾਹਮਣੇ ਉਹਨਾਂ ਦੇ ਇੱਥੇ ਖਾਲੀ ਹੁੰਦੀ ਆ ਉੱਥੇ ਲਾ ਲੈਣੀ ਆ ਆਪਾਂ ਹੋਰ ਕੀ ਸਕਰੈਪ ਵੀ ਹੁੰਦੀ ਨਾ ਇੱਧਰ ਸਕਰੈਪ ਵਾਲਾ ਜਗ੍ਹਾ ਇੱਧਰ ਫਰਨਿਸ ਲੱਗੀ ਹੋਈ ਅੰਦਰ ਅੰਦਰ ਪਤਾ ਨਹੀਂ ਬਹੁਤ ਕੁਝ ਬਣਾਇਆ ਪਿਆ ਸਾਰਿਆਂ ਨੇ ਪਹਿਲਾਂ ਇਕੱਲੇ ਤੇਲ ਵਾਲੀ ਹੁੰਦੀ ਸੀ ਵੈਸੇ ਉਹ ਉੱਧਰ ਭੱਟੀ ਚੱਲਦੀ ਆ ਅਤੇ ਹੁਣ ਚੱਲਦੇ ਹਾਂ ਤਾਂ ਹੌਲੀ ਚਲਾਉਣੀ ਪੈਂਦੀ ਆ ਮਿੱਟੀ ਕਿੰਨਾ ਮਿੱਟ ਖਾਨਾ ਬਹੁਤ ਆ ਉਹਦੇ ਇਹੀ ਚੱਕਰ ਆ ਬਸ ਹੋਰ ਕੁਝ ਨਹੀਂ ਤੁਹਾਨੂੰ ਮੈਂ ਦੱਸਦਾ ਦਿੰਦਾ ਵੀ ਸੱਤਾਂ ਵਜੇ ਉਹਦੇ 'ਚ ਕੀ ਫਰਕ ਆਈ ਫਰਕ ਆ ਰਹੀ ਪਹਿਲੇ ਗੇਮ 'ਚ ਹੀ ਚੱਕਣੀ ਪੈਣੀ ਮਿੱਟੀ ਪੈ ਗਈ ਖੱਡਾ ਨਾ ਉੱਥੇ ਬਹਿ ਜਾਂਦੀ ਚੱਲ ਭਾਈ ਚੱਲ ਭਾਈ ਉਹ ਸਾਹਮਣੇ ਖਾਲੀ ਹੁੰਦੀਆਂ ਨੇ ਗੱਡੀਆਂ ਜੇ ਉੱਥੇ ਬੰਦਾ ਬੈਠਾ ਮੈਂ ਵੀਡੀਓ ਨਹੀਂ ਬਣਾਊਂਗਾ ਤੁਹਾਨੂੰ ਚੋਰੀ ਚੁੱਕ ਕੇ ਦਿਖਾਊਂਗਾ ਇਸ ਕਰਕੇ ਮੈਂ ਵੀਡੀਓ ਬੰਦ ਕਰ ਦਿੰਦਾ ਸਾਹਮਣੇ ਲਾ ਦਿੰਦਾ ਬਸ ਹੋਰ ਇੱਕ ਖਾਲੀ ਹੁੰਦੀ ਆ ਇੱਥੇ ਲਾਈਟ ਜੀ ਮੱਚਦੀ ਆ ਅਤੇ ਪਹਿਲਾਂ ਮੈਂ ਪਹੁੰਚ ਗਿਆ ਉੱਥੇ ਗਏ
ਸਵੇਰੇ ਬਹਿ ਗਏ ਹੁਣ ਆਰਾਮ ਨਾਲ ਕੱਲ ਨਹੀਂ ਖਾਲੀ ਹੋਊ ਐਤਵਾਰ ਆ ਸ਼ਾਇਦ ਹੋ ਵੀ ਜਾਊ ਗੱਡੀ ਦਾ ਕੋਈ ਹੈ ਨਹੀਂ ਆਊਗੀ ਵੈਸੇ ਲੇਬਰ ਤਾਂ ਕਈ ਵਾਰ ਆਉਂਦੀ ਨਹੀਂ ਹੁੰਦੀ ਐਤਵਾਰ ਨੂੰ ਅਤੇ ਆਹ ਸਾਹਮਣੇ ਹਰੇ ਖਾਲੀ ਹੁੰਦੀ ਆ ਅਤੇ ਮੈਂ ਫਿਲਹਾਲ ਬੈਠੇ ਹਾਂ ਉਰੇ ਅਤੇ ਹੁਣ ਤੁਹਾਨੂੰ ਸਵੇਰੇ ਮਿਲਦੇ ਹਾਂ ਇੱਕ ਵਾਰ ਮੈਂ ਤੁਹਾਨੂੰ ਗੱਡੀ ਦੀ ਹਾਲਤ ਦਿਖਾ ਦਿੰਦਾ ਫਿਰ ਤੁਹਾਨੂੰ ਗੱਡੀ ਦੀ ਸਵੇਰੇ ਹਾਲਤ ਦਿਖਾਊਂਗਾ ਅਤੇ ਆਹ ਦੇਖ ਲਓ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਠੀਕ ਆ ਜਿਹੜੀ ਉਰੇ ਸਭ ਤੋਂ ਵੱਡੀ ਦਿੱਕਤ ਪੈਂਦੀ ਆ ਦੇਖੋ ਗੱਡੀ ਦੀ ਹਾਲਤ ਸਹੀ ਸਲਾਮਤ ਲਗਾ ਪੜਤਾ ਲਾ ਦੀ ਦੱਸੇ ਵੀ ਇਹ ਵੀ ਲਗਾ ਦੇ ਮਾਈ ਮਿੱਟੀ ਆਏਗੀ ਉਹ ਸੋਰੀ ਧੂਪ ਆਏਗੀ ਆਹ ਮੈਂ ਜਾਲੀ ਚੜ੍ਹਾ ਲੈਣੀ ਆ ਸੋਰੀ ਸ਼ੀਸ਼ਾ ਚੜ੍ਹਾ ਲੈਣਾ ਹਾਲਤ ਦੇਖ ਸਾਫ਼ ਸੁਥਰੀ ਪਈ ਸਵੇਰੇ ਉਰੇ ਮੇਰਾ ਚੇਪ ਪਿਆ ਆਊਗਾ ਚੇਪ ਤੇਰੀ ਗੱਲ ਕੀ ਲੱਕੜ ਹੁੰਦੀ ਕੱਟੇ ਕੁੱਟੇ ਜੋ ਇਹਦਾ ਵੀ ਕੰਮ ਕਰਾਵਾਂਗੇ ਚੜ੍ਹਦਾ ਚਲੋ ਹੁਣ ਪੈਂਦੇ ਹਾਂ ਸਵੇਰੇ ਮਿਲਦੇ ਹਾਂ ਤੁਹਾਨੂੰ ਗੁੱਡ ਮੋਰਨਿੰਗ ਕਰਦੇ ਹਾਂ ਸਵੇਰੇ ਓਕੇ ਤੁਹਾਨੂੰ ਮਿਲਦੇ ਹਾਂ ਸਵੇਰੇ ਵੀ ਹੋ ਗਈ ਸਵੇਰ ਦੇ ਟਾਈਮ ਹੋ ਗਿਆ 8 ਚੱਲਦੇ ਹੁਣ ਕੰਡੇ ਕਰਾਉਣ ਆਪਾਂ ਨੂੰ ਕੰਡੇ ਵਿਚਾਰ ਕਰਾਉਣੇ ਮੈਨੇ ਕੰਡੇ ਚੈੱਕ ਕਰਦੇ ਹੁੰਦੇ ਨੇ ਆਪਣੀ ਗੱਡੀ ਨੂੰ ਕਹਿੰਦੇ ਨੇ ਫਿਰ ਕਿਉਂ ਹੋਰ ਤਗਲਾ ਭਜਾਉਂਦਾ ਫਿਰਦਾ ਨਹੀਂ ਹੈਗਾ ਜਿਹੜੇ ਪੱਕੇ ਜਾਂਦੇ ਨੇ ਉਹਨੂੰ ਕਹਿ ਦਿੰਦੇ ਨੇ ਪਹਿਲਾਂ ਪਹਿਲਾਂ ਗੱਡੀ ਸਟਾਰਟ ਕਰਦੇ ਆ ਅਤੇ ਹਾਲੀ ਸਟਾਰਟ ਆ ਇੱਕ ਮਿੱਟੀ ਆ ਗਈ ਨਾ ਨਹੀਂ ਚੱਕਰ ਆਇਆ ਮੈਂ ਬਸ ਮਿੱਟੀ ਬਹੁਤ ਆ ਬਸ ਮਿੱਟੀ ਦਾ ਕੋਈ ਘਾਟ ਨਹੀਂ ਪਹਿਲਾ ਕੰਡਾ ਤਾਂ ਉਹ ਸਿੱਧਾ ਜਾ ਕੇ ਇੱਧਰ ਨੂੰ ਜਾ ਕੇ ਪਾਲਸ਼ਾਲਾ ਏ ਫਿਰ ਸਟੀਲ ਪਲਾਂਟ ਦਾ ਕੰਡਾ ਫਿਰ ਉਹ ਫਸਟ ਇੱਕ ਨੰਬਰ ਗੇਟ ਦਾ ਕੰਡਾ ਫਿਰ 2 ਨੰਬਰ ਗੇਟ ਦਾ ਕੰਡਾ ਫਿਰ ਦੁਬਾਰਾ ਆਊਗਾ ਪੂਰਾ ਗੋਲ ਰਾਊਂਡ 'ਚ ਕੱਟ ਗਏ ਵੈਸਾ 2 ਨੰਬਰ ਗੇਟ ਵਾਲਾ ਹੀ ਕੰਡਾ ਹੁੰਦਾ ਇਹ ਤਾਂ ਕੰਡੇ ਚੈੱਕ ਕਰਨਾ ਹੁੰਦਾ ਉਹਨਾਂ ਨੇ ਫਿਰ ਆਪਣੀ ਗੱਡੀ ਨਹੀਂ ਕਹਿੰਦੇ ਤਾਂ ਤੁਰਦੇ ਪਹਿਲਾਂ ਪ੍ਰੈਸ਼ਰ ਬਣ ਜਾਏ ਪ੍ਰੈਸ਼ਰ ਦਾ ਲੈ ਤੁਸੀਂ ਕੰਡੇ ਟਾਈਮ ਲਾਈਫ 'ਚ ਦੇਖ ਲਿਓ ਅਤੇ ਮੈਂ ਉਹ ਤੁਰਦਾ ਹੁਣ ਪ੍ਰੈਸ਼ਰ ਬਣ ਜਾਏ ਤੋਂ ਬਾਅਦ ਮੈਂ ਤੋਰਦਾ ਗੱਡੀ ਟਾਈਮ ਲਾਈਫ ਬਣਾਉਂਦਾ ਬਾਅਦ ਹੋ ਗਈ ਸਪੇਸ ਫੁੱਲ ਕੈਮਰੇ ਨੂੰ ਖਾਲੀ ਕਰਿਆ ਪੱਤੇ ਖੋਲਣੇ ਆ ਜੇ ਸੀ ਵੀ ਨਾ ਖਾਲੀ ਹੋ ਗਈ ਗੱਡੀ ਕੱਪੜੇ ਦਾ ਊਂ ਭੈਣ ਨਿਕਲ ਜਾਂਦੀ ਉਹਦੇ ਸਾਰੇ ਥੱਲੇ ਗੁੱਡ ਜਾਂਦੇ ਜੇ ਇੱਕਦਮ ਭੱਜੀ ਇਹਦੇ
ਹੌਲੀ ਹੌਲੀ ਤੁਰਨਾ ਮੈਂ ਜਾ ਪੱਤੇ ਖੋਲਣਾ ਫਿਰ ਮਿਲਦੇ ਹਾਂ ਤੁਹਾਨੂੰ ਆਹ ਲਾਤੀ ਵੀਰੇ ਖਾਲੀ ਹੁਣ ਜੇ ਸੀ ਵੀ ਨਾ ਖਾਲੀ ਹੋ ਰਹੀ ਆ ਪਰ ਤਾਂ ਬੰਦਾ ਕਰ ਜਾਂਦਾ ਕਿਉਂਕਿ ਕਈ ਵਾਰ ਸਾਡੇ ਖਾਲੀ ਕਰਕੇ ਫਿਰ ਪੱਤੇ ਪੁੱਤੇ ਵੀ ਲਾਉਣੇ ਆ ਫਿਰ ਦੇਖਦੇ ਹਾਂ ਧਵਾਉਂਦੇ ਹਾਂ ਕਈ ਲੈ ਕੇ ਜਾਂਦੇ ਹਾਂ ਗੱਡੀ ਹੋ ਗਈ ਖਾਲੀ ਮੇਰੇ ਵੀਰਿਓ ਅਤੇ ਹੁਣ ਦੇਖਦੇ ਹਾਂ ਵੀ ਕੰਡਾ ਕਰਾਉਂਦੇ ਹਾਂ ਪਹਿਲਾਂ ਤਾਂ ਪਹਾੜਾ ਤਾਂ ਅੱਜ ਮਿਲਣਾ ਨਹੀਂ ਹੈ ਕਿਉਂਕਿ ਸੰਡੇ ਹੈ ਸੰਡੇ ਸੰਡੇ ਫੰਡੇ ਬੰਦ ਰਹਿੰਦਾ ਪਹਾੜਾ ਪੂੜਾ ਗੱਡੀ ਤਾਂ ਖਾਲੀ ਹੋ ਜਾਂਦੀ ਆ ਅਤੇ ਹੁਣ ਚੱਲਦੇ ਹਾਂ ਫਿਰ ਕੰਡਾ ਕਰਾਉਂਦੇ ਹਾਂ ਪਹਿਲਾਂ ਫਿਰ ਦੇਖਦੇ ਹਾਂ ਆਉਣ ਦਾ ਘਰੇ ਫੋਨ ਕਰਦੇ ਹਾਂ ਵੀ ਗੱਡੀ ਗੁੱਡੀ ਧਵਾਉਣੀ ਤਾਂ ਨਹੀਂ ਹੈਗੀ ਹੋਰ ਪੁੱਛ ਦੇ ਜਾਂਦੇ ਆ ਉਹ ਵੀ ਮੈਂ ਤੇਰੇ ਬਾਹਰ ਤਾਂ ਹੀ ਆ ਕੇ ਪਹਾੜਾ ਤਾਂ ਕੱਲ੍ਹ ਹੀ ਮਿਲੂਗਾ ਹੁਣ ਚੱਲਦੇ ਹਾਂ ਘਰ ਨਹੀਂ ਚੱਲਦੇ ਹਾਂ ਫਿਰ ਇੱਥੇ ਆਪਣੇ ਜਸੜਾ ਗੁਰਦੁਆਰਾ 'ਚ ਸੇਵਾ ਵੀ ਆ ਉੱਥੇ ਚੱਲਾਂਗੇ ਸੰਡੇ ਹੈ ਅੱਜ ਸੰਡੇ ਪੱਤੇ ਲਾਉਂਦੇ ਹਾਂ ਪਹਿਲਾਂ ਤਾਂ ਉੱਥੇ ਜਾ ਕੇ ਨਹੀਂ ਬਾਡੀ ਹਿੱਲੇ ਹਿੱਲੇ ਨਾਸ ਵੱਜੀ ਜੋ ਢਿੱਲੇ ਪੱਤੇ ਖੋਲ੍ਹ ਕੇ ਨਹੀਂ ਚਲਾਉਣੀ ਚਾਹੀਦੀ ਥੱਲੋਂ ਨੜ ਢਿੱਲੇ ਜਾਂਦੇ ਨੇ ਪੱਤਿਆਂ ਵਾਲੇ ਨਵੇਂ ਲਿਆ ਕੇ ਸਾਰੇ ਖਰਾਬ ਹੋ ਗਏ ਹੁਣ ਜਗਾੜ ਵਜੀ ਲਾਈ ਆ ਉੱਥੇ ਜਾ ਕੇ ਫਿਰ ਨਵੇਂ ਲਾਵਾਂਗੇ ਹੁਣ ਆਪਾਂ ਚੱਲਦੇ ਹਾਂ ਔਰ ਗੈਪ ਹੁੰਦੇ ਆ ਗੈਪ ਹੁੰਦੇ ਆ ਉਹ ਵੀ ਤੁਰ ਪਏ ਤੇ ਹੁਣ ਚੱਲਦੇ ਹਾਂ ਹੌਲੀ ਹੌਲੀ ਇੱਕ ਅੱਧੀ ਰੀਲ ਸ਼ੀਲ ਜੀ ਸ਼ੂਟ ਕਰਕੇ ਦੇਖਦੇ ਹਾਂ ਸਟੀਅਰਿੰਗ ਵਾਲੀ ਪਾ ਦਾਂਗੇ ਯਾਰ ਬਹੁਤ ਦਿਨਾਂ ਦਾ ਰੀਲ ਨਹੀਂ ਪਾਈ ਅਤੇ ਹੁਣ ਗਾਣੇ ਗੁਣੇ ਸੁਣਦੇ ਹੋਏ ਚੱਲਦੇ ਹਾਂ ਜੇ ਕੋਈ ਦਿਖਾਉਣ ਆਇਆ ਤਾਂ ਦਿਖਾਊਂਗਾ ਉਹ ਸਪੇਸ ਵੀ ਘੱਟ ਆ ਨਾ ਇਹਦੀ ਮੈਂ ਲਾ ਲਈ ਫਿਰ ਘੱਟ ਗਈ ਯਾਰ ਫੁੱਲ ਹੋ ਗਿਆ ਇਹ ਚਾਚਾ ਮੇਰਾ ਟਾਈਮ ਲੱਗ ਗਿਆ ਪਹੁੰਚ ਕੇ ਅਸੀਂ ਗੱਡੀ ਲਾਤੀ ਹੁਣ ਲੋਕ ਲਾ ਕੇ ਚਾਬੀ ਦੇ ਕੇ ਚੱਲਦੇ ਹਾਂ ਘਰ ਨੂੰ ਉਹ ਵੀ ਮਿੱਤਰ ਹੋ ਗਿਆ ਆਪਣਾ ਕੰਮ ਧੰਦਾ ਖਤਮ ਕਰ ਜਾ ਰਹੇ ਹਾਂ ਜਾਏਗੇ ਸ਼ਾਇਦ ਗੁਰਦੁਆਰਾ ਸਾਹਿਬ ਉਹ ਵੀ ਆਪਕੋ ਦਿਖਾਏਗੇ ਥੋੜ੍ਹਾ ਸਾ ਹੀ ਦਿਖਾਏਗੇ ਕਿਉਂਕਿ ਹਮਾਰੇ ਫੋਨ ਮੇਂ ਸਟੋਰੇਜ ਕਮ ਹੀ ਹੈ ਰਹਿ ਗਈ ਹੈ ਅਬ ਇਸ ਕਰਕੇ ਚੱਕਰ ਪੜਤੀ ਹੈ ਸ਼ਕਲ ਵੀ ਦਿਖਾ ਦਾ ਮਾਂ ਮੈਂ ਤਾਂ ਸੋਹਣਾ ਮੁੰਡਾ ਮੈਂ ਸ਼ਕਲ ਦਿਖਾ ਦੇਣੀ ਚਾਹੀਦੀ ਹੈ ਪੂਰੀ ਧੋਤਾ ਪਰ ਮੈਂ ਅੱਜ ਪਾਣੀ ਨਹੀਂ ਮਿਲਿਆ ਮੈਨੂੰ ਸਾਬਣ ਆਪਣੀ ਯਾਰ ਘਰੋਂ ਲੈ ਕੇ ਜਾਇਆ ਕਰਦੀ ਹੁਣ ਪੱਕਾ ਬਿਜ਼ਨਸ ਖੋਲ੍ਹਣਾ ਨਾ ਮੈਂ ਪੱਕਾ ਹੀ ਲੱਗ ਜਾਣਾ ਮੈਂ ਘਰੇ ਆਇਆ ਹੀ ਨਹੀਂ ਕਰਨਾ ਕਨੇਡਾ ਲੈ ਕੇ ਚੱਲ ਜਾਣਾ ਮੈਂ ਟਰੱਕ ਲੋਕ ਕਾਰਾਂ ਲੈ ਕੇ ਆਉਂਦੇ ਨੇ ਸਕਾਰਪੀਓ ਲੈ ਕੇ ਪੰਦਰਾਂ ਦੋ ਬਾਰਾਂ ਟਰੀ ਲੈ ਕੇ ਚੱਲਾਂਗੇ ਬਾਰਾਂ ਟਰੀ ਲੈ ਕੇ ਜਾਵਾਂਗੇ ਸੌਣ ਸੌਣ ਦਾ ਜਗਾੜ ਹੀ ਹੋਣਾ ਵਿੱਚੇ ਜਾਣਾ ਹੋਟਲ ਖਰਚਾ ਬਚ ਜਾਣਾ ਚਲੋ ਮਿਲਦੇ ਆ ਤੁਹਾਨੂੰ ਅਨੀਕੇਤ ਕੋਲ ਬਦਲਦੇ ਆ ਅਨੀਕੇਤ ਕੋਲ ਜਾ ਕੇ ਮਿਲਦੇ ਆ।